حضور دی پاگا والی ماں ملاد پڑھن لگا سال تک یاد رہے گا اگلے ملاد بھی آخو گے دی ہوئی سنا سیدہ پاک فرمانیاں نے جدو سونا میرے شکر میں انہر آیا آپ فرمانیاں نے کوئی بوجھ نہیں کوئی تکلیف نہیں بار کٹن نہیں آ درخت چک دے پتھر مینو سلام کہتے حضرت آمنا سلام لا رہی آپ فرمانیاں نے کوئی جانا پرندہ میرے اتوں کی اڑ کے نہیں لگتا نہ کوئی ڈنگر میرے اگے ٹرتا ہے یہ ڈنگر بھی جان دے اے ساڈے نبی دی پاگا والی ماں اور گل سنو میرا نبی جدو اپنی ماں کے سکھ دے اندر آیا لے کے دے ڈنگر چڑھتے دے ڈنگر دے اندر مبارک ہوئے دریاواں دیا مچھلیاں ایک دوسرے کو کہہ دیا وہ آ گیا ہے فرمانی پتھر میرے پیر تھلے آ جائے چبھتا نہیں بلکہ مومن نرم نرم ہو جاتا ہے آپ فرمانی نے میرے دل دل دا خیال آیا میرا ایڈا وزن تے کوئی نہیں ایک ہی وجہ پتھر تے پیر آئے جی پتھر موم ہو جانا پتھرا جو آوازاں دے ریا نہیں جڑا سونا تیرے شکر دے اندر پتھرا وال وی ویکھے گا تے پتھر وی کلمہ پڑھ جان گے پتھر بھی کلمہ پڑھ جان گے حضرت آمنا پاک فرماتی ہیں کدی کدی میں خون تے پانی لے جانے آپ فرماتی ہیں جدو میری واری آتی ہے میرے دل دے اندر خیال آتا ہے اگر میری کمر ٹیڑی ہوئی کوئی تکلیف نہ ہوئے آپ فرماتی ہیں پانی لے جانا ارادہ کرنے ہی آؤں پانی کٹنے لگی اجلا ارادہ کرنی پانی باہر آ جانا ہے آ کے میرے نبی دے قدم میرے نبی دی ماں دے قدم چمتا ہے پانی چواز آتی ہے پانی نبیاں دیا زیارت نالے انبیاء دیا مبارک آپ فرمانیاں نے ایک دن میں بیٹھی ہوئی ہوں حضور دے واسطے مسلم کا وصال ہو گیا ہے آنا پاک فرمانی میں رونی ہاں نیلی شخص دیا مالکا مینو تے ماں کہن والا بھی کوئی نہیں میری تے گود خالی ہے آپ ہمارے رات کا ٹائم ہے لما جیا کاتے سنے سنے پہنے خواب کے اندر آ کے میرے سر سے اتر گیا فرمایا بیٹیاں نہ رویا نہ کر تینو مبارک ہوئے بابا جی کھادیاں مبارک دے دیو فرمایا بیٹی جڑا تیرے سکھ دے اندر اودے نبیاں دا سردار اودے نبیاں دا سردار نبی میرے آقا کریم علیہ الصلوۃ والسلام دی والدہ فرماندیاں نے جس جائے او ویلا آیا جڑی اج دی رات ایران بڑے نصیبا والی ماما اڈیکیاں نے پیا تیا اڈیکیاں نے پیا انتظار ہو رہے نے سونیا کدوں آئے گا نینا نو اڈیک رہ تیری
ਉਹਦਾ ਮਿਲਾਦ ਹੋ ਗਿਆ। ਇਧਰ ਆ ਮਰੀਮ ਨੇ ਆਪਣੇ ਪੁੱਤ ਦੇ ਦਿਲ ਨਾਲ ਬੈਠਾ ਹੋਇਆ ਹੈ, ਕਹਿੰਦਾ ਮੈਂ ਵੇਖਣਾ ਕੀ ਆ, ਮੇਰਾ ਪੁੱਤ ਮੂੰਹ ਦੇ ਬਲ ਮਿਲ ਗਿਆ। ਮੈਂ ਕਹਿੰਦਾ ਇਹਨੂੰ ਕਿਉਂ ਗਿਆ ਏ, ਮੈਂ ਆਪਣੀ ਅੱਖਾਂ ਮੰਨਣਾ ਵਾ, ਅਸਮਾਨਾਂ ਦੀ ਮਖਲੂਕ ਮੈਨੂੰ ਜ਼ਮੀਨ ਦੀ ਉਤਰ ਦੀ ਨਜ਼ਰ ਆ ਰਹੀ ਹੈ। ਮੈਂ ਕਹਿੰਦਾ ਮੈਨੂੰ ਕੀ ਹੋ ਗਿਆ ਏ, ਮੈਂ ਪੁੱਤ ਨੂੰ ਕੀ ਹੋਇਆ ਏ, ਪੁੱਤ ਵਿੱਚੋਂ ਆਵਾਜ਼ ਆਈ ਮੈਂ ਮਜਬੂਰ ਆ, ਮੈਂ ਮਜਬੂਰ ਆ, ਅੱਲਾ ਅੱਲਾ ਸਮਾਂ ਪੇ ਪਰਵਾਨ ਨਾ ਜਾਏ ਤੋ ਪਰਵਾਨਾ ਨਹੀਂ ਰਹਿੰਦਾ, ਸਮਾਂ ਪੇ ਪਰਵਾਨਾ ਜਾਏ ਤੋ ਪਰਵਾਨਾ ਨਹੀਂ ਰਹਿੰਦਾ, ਮੁਹੰਮਦ ਪੁੱਤਰ ਦੇਵ ਜਾਏ ਤੋ ਪੁੱਤਖਾਨਾ ਨਹੀਂ ਰਹਿੰਦਾ। ਨਹੀਂ ਭਾਈ ਅਬੂ ਜਾਲ ਦੇ ਕੋਲ ਪੁੱਤਰ ਦਾ ਬੰਦੇ ਪੋਤੇ ਲੋਕਾਂ ਨੂੰ ਇਕੱਠਿਆ ਕਰਦਾ ਕਹਿੰਦਾ ਮੁਹੰਮਦ ਮੁਸਤਫਾ ਕਹਿੰਦੇ ਨੇ ਬੁੱਧ ਬੋਲਦੇ ਨੀ, ਵੇਖੋ ਮੇਰਾ ਬੁੱਧ ਬੋਲ ਪਿਆ ਜੀ, ਹਜ਼ੂਰ ਨੂੰ ਵੀ ਪੈਗਾਮ ਮਿਲਿਆ, ਮੇਰਾ ਨਬੀ ਵੀ ਆ ਗਿਆ। ਹਜ਼ੂਰ ਫਰਮਾਇਆ ਹੋਵੇ ਪੁੱਤ ਤੇ ਬੋਲੇ, ਹੋਵੇ ਪੁੱਤ ਤੇ ਬੋਲੇ, ਜਦੋਂ ਮੇਰਾ ਕਰੀਮ ਨਬੀ ਆਇਆ। ਹਜ਼ਰਤ ਮੁਤਰਮ ਅਬੂ ਜਾਦ ਕਹਿੰਦਾ ਬੋਲ, ਪੁੱਤ ਬੋਲੇ ਬੜਾ ਢਿੱਲੀ ਆ ਗਿਆ ਜੇ ਸੁਭਾਨ ਅੱਲਾ, ਇੱਥੇ ਬਹਿਣ ਵਾਲਾ ਸੁਭਾਨ ਅੱਲਾ ਨੀ ਉੱਚੀ ਦਰਾ ਦਿਓ, ਮੈਨੂੰ ਛੱਡ ਦੇ ਇਸ ਸੋਨੇ ਦਾ ਕਲਮਾ ਪੜ੍ਹਨਾ। ਅਬੂ ਜਾਲ ਨੂੰ ਬੜਾ ਗੁੱਸਾ ਆਇਆ, ਉਹਨੇ ਅੱਜ ਬੜਿਆ ਚੁੱਕ ਜ਼ਮੀਨ ਤੇ ਮਾਰਿਆ, ਉਹਨਾਂ ਲਿਆ ਬੜਿਆ ਦਾ ਭੈੜਾ ਹੀ ਨਿਕਲਿਆ, ਬੜਿਆ ਦਾ ਭੈੜਾ ਹੀ ਨਿਕਲਿਆ, ਅੱਗੇ ਸਾਡੇ ਨਾਲ ਸੈਂ ਹੁਣ ਵੇਂਦੀਆਂ ਇਹਦੇ ਨਾਲ ਹੋ ਗਈਆਂ, ਪਰ ਉਹਨੂੰ ਕੀ ਪਤਾ ਇਹ ਪੱਥਰਾਂ ਨੂੰ ਕਲ ਮੈਂ ਪੜਾ ਜਾਣਦਾ ਏ, ਪੜੋ ਮੇਰੇ ਨਾਲ ਇਹ ਪੱਥਰਾਂ ਨੂੰ ਕਲ ਮੈਂ ਪੜਾ ਜਾਣਦਾ, ਇਹ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ, ਇਹ ਗੁੰਗੀਆਂ ਚਿਕਲ ਮੈਂ ਆਪਣੇ ਪੁੱਤ ਦੇ ਦਿਲ ਦਰ ਬੈਠਾ ਹੋਇਆ ਅੰਦਰ ਇਹ ਚਾਹਤ ਮੇਰਾ ਪੁੱਤ ਮੂੰਹ ਦੇ ਬਲ ਗਿਰਿਆ ਮੈਂ ਕਹਿੰਦਾ ਪੁੱਤ ਨੂੰ ਕੀ ਹੋ ਗਿਆ ਅੰਦਰ ਪੁੱਤ ਵਿੱਚੋਂ ਆਵਾਜ਼ ਆਈ ਮੈਂ ਮਜਬੂਰ ਆ ਅਗਰ ਕਹਿੰਦਾ ਮੈਂ ਆਪਣੀ ਬੀਵੀ ਨੂੰ ਬੁਲਾਇਆ ਮੈਂ ਵੇਖਣਾ ਕੀ ਆ,
ਬੱਚੀ ਚੱਲ ਨਹੀਂ ਸੀ ਸਕਦੀ, ਬੋਲ ਨਹੀਂ ਸੀ ਸਕਦੀ, ਉਹਨੂੰ ਮੇਰੇ ਰੱਬ ਨੇ ਸ਼ਫਾ ਦੇ ਦਿੱਤੀ ਏ। ਮੇਰੀ ਸਰਕਾਰ ਫਰਮਾਨ ਨੇ ਮੁਰਸ਼ਦ ਮੇਰਾ ਕਿਤੇ
ਦੇਖਣ ਤੋਂ ਪਹਿਲੇ ਪਹਿਲੇ ਮੇਰੀ ਰੂਹ ਪਰਵਾਹ ਨਾ ਕਰ ਜਾਏ। ਹਜ਼ਰਤ ਮੁਹਤਰਮ ਜ਼ਰਾ ਗੌਰ ਕਰਨਾ, ਤੁਰ ਪਿਆ ਟੁਰਦਿਆਂ ਟੁਰਦਿਆਂ ਜਦੋਂ ਹਜ਼ਰਤ ਅਬਦੁੱਲਾ ਦਾ ਦਰਵਾਜ਼ਾ ਹਜ਼ਰਤ ਅਬਦੁੱਲ ਮੁਹਤਰਮ ਦਾ ਘਰ ਆਇਆ, ਇਹਨੇ ਦਰਵਾਜ਼ਾ ਖੜਕਾਇਆ, ਅੰਦਰੋਂ ਬਾਦ ਕੌਣ ਹੈ ਜਿਵੇਂ ਅਮਰ ਦਾ ਰਹਿਣ ਵਾਲਾ ਪਰਦੇਸੀ ਆ ਬਾਬਾ ਜੀ ਜਿਹੜਾ ਤੁਹਾਡੇ ਪੁੱਤਰ ਅਬਦੁੱਲਾ ਨੂੰ ਅੱਲਾ ਨੇ ਬੇਟਾ ਮੁਹੰਮਦ ਅਤਾ ਕੀਤਾ ਹੈ ਉਹਨੂੰ ਲੈ ਕੇ ਆਇਆ। ਮੈਂ ਜ਼ਿਆਰਤ ਕਰਨਾ ਚਾਹੁੰਦਾ। ਹਜ਼ਰਤ ਅਬਦੁੱਲ ਮੁਤੱਲਬ ਬੋਲੇ ਫਰਮਾਇਆ ਵਾਲਿਆ ਸਾਡੇ ਚੱਲਦੀ ਇੱਕ ਰੀਤ ਅਸੀਂ ਪਹਿਲੇ ਖਾਣਾ ਖਵਾਉਂਦੇ ਹਾਂ ਫਿਰ ਤੀਰਤ ਕਰਾਉਂਦੇ ਹਾਂ। ਰੋਈ ਜਾ ਰਿਹਾ ਤੇ ਕਹਿੰਦਾ ਵੀ ਇਹਨਾਂ ਨੈਣਾਂ ਨੂੰ ਪੜੋ ਇਹਨਾਂ ਨੈਣਾਂ ਨੂੰ ਉਡੀਕ ਰਹਿ ਤੇਰੀ ਦੁਕੇ ਵੇਲੇ। ਆਪਣੇ ਫਰਮਾਇਆ ਪਰਦੇਸੀਆਂ ਕੁਝ ਖਾ ਨਹੀਂ ਲੈਂਦਾ, ਕਹਿੰਦਾ ਬਾਬਾ ਜੀ ਅਸੀਂ ਬੱਚਾ ਨਹੀਂ ਲੈ ਆਉਂਦੇ, ਮੈਂ ਖਾਣਾ ਪੀਣਾ ਕੁਝ ਨਹੀਂ। ਹਜ਼ੂਰ ਦੇ ਦਾਦਾ ਜਾਣ ਗਏ ਤੇ ਮੇਰੇ ਕਮਲੀ ਵਾਲੇ ਨੂੰ ਲੈ ਕੇ ਆਇਆ। ਜਦੋਂ ਪਹਿਲੀ ਪਹਿਲੀ ਨਜ਼ਰ ਉਹਦੀ ਮੁਸਤਫਾ ਦੇ ਚਿਹਰੇ ਤੇ ਪਈ ਜੇ ਵੀਰ ਮੇਰੇ ਨਿਸ਼ਾ ਗੋਲੀ ਬੋਲੇ ਆ ਫਰਮਾਨੇ ਕਿੱਥੇ ਮੇਰੇ ਅਲੀ ਖੱਬੇ ਪੈਰ ਦਰ ਗਿਆ
حضور چہرے والی گائے جو اس کے نبی میں مست ہوا کیا بات اس دیوان کی جو اس کے نبی رکھا زمین ڈگا روح برباد کر گئی ڈگا کا کی ہو جاتا سچنا